ਮਾਤਾ ਆਪਣੇ ਵਜ਼ੀਰ ਆਖਰ ਲੰਗਰ ਵੀਰ ਨੂੰ ਭੇਜਦੀ ਹੈ ਕਿ ਲੰਗਰ ਵੀਰ ਜਾ ਜਿਸ ਜਗ੍ਹਾ ਤੇ ਮੇਰੀ ਚੁੰਦ ਲੱਗਣੀ ਮੇਰਾ ਆਸਨ ਲੱਗਣਾ ਉਹ ਜਗ੍ਹਾ ਸਾਫ ਸੁਥਰੀ ਹੈ ਤੇ ਜਿਹੜੇ ਭਗਤ ਮੇਰੇ ਨਾਲ ਦੀਆਂ ਭੇਟਾਂ ਗਾ ਰਹੇ ਨੇ ਕੋਲ ਦੇ ਛੱਡੇ ਖੜਕਾ ਦੇ ਕੋਈ ਮੱਛੀ ਨਹੀਂ ਜਾਂਦਾ ਸ਼ਰਾਬ ਪੀ ਕੇ ਦਰਬਾਰ ਤੇ ਬੈਠਾ ਫਿਰ ਮੈਂ ਦਰਬਾਰ ਚ ਤੇ ਜਿਹੜੀਆਂ ਸੰਗਤਾਂ ਮੇਰਾ ਜਗਰਾਤਾ ਸੁਣਦੀਆਂ ਨੇ ਉਹ ਥੋੜੀ ਦੇਰ ਡਿਸਕੋ ਡਾਂਸ ਕਰਕੇ ਘਰੇ ਦੇ ਨੇ ਜੀ ਜਿਹੜੀਆਂ ਬੈਠੀਆਂ ਕਰਮਾਂ ਵਾਲੀਆਂ ਜਿਹੜੇ ਚਲੀਏ ਚਲੀ ਜਿਹੜੇ ਇਹਨਾਂ ਦੇ ਬਿਠਾਏ ਤੋਂ ਬੈਠੇ ਆ ਕਿਉਂ ਸਾਰੀ ਰਾਤ ਦਾ ਜਿਹੜਾ ਜਾਗਰਣ ਹੁੰਦਾ ਉਸ ਜਾਗਰਣ ਦੇ ਵਿੱਚ ਮਾਤਾ ਦੋ ਵਾਰ ਆਉਂਦੀ ਹੈ ਉਹ ਦੋ ਟਾਂਗ ਕੋਲ ਹੁੰਦੇ ਨੇ ਇੱਕ ਜਿਸ ਵੇਲੇ ਇਸ ਦੀ ਜੋਤ ਜਗਾਈ ਜਾਂਦੀ ਹੈ ਭਗਵਾਨ ਕੰਟਰੋਲ ਕਰੋ ਬੜਾ ਦੂਸਰਾ ਜਿਸ ਵੇਲੇ ਸਾਰਾ ਵਾਲੀ ਸੀ ਅੰਮ੍ਰਿਤ ਪਤਾ ਲਾਈ ਸੀ ਔਰ ਦੋਨੋਂ ਟਾਂਗ ਅਸਲ ਨੇ ਕਿੱਕ ਬੰਦਾ ਚਮਾੜੀ ਵਾਲਾ ਦਾ ਸਾਹਮਣਾ ਕਰਦਾ ਨਹੀਂ ਕਿਉਂ ਨਿੰਦਰ ਆਣਾ ਸ਼ੁਰੂ ਹੋ ਜਾਂਦੀ ਹੈ ਲੇਕਿਨ ਮਾਤਾ ਬੋਲਦੀ ਕੋਈ ਲਿਖਣਾ ਕੁੜ ਕੁੜ ਬੱਚਾ ਮੇਰਾ ਜਿਹੜਾ ਹੈ ਤੇ ਆਓ ਮਾਂ ਭਗਵਤੀ ਦਾ ਲੰਗਰ ਵੀਰ ਆ ਰਿਹਾ ਜਿਸ ਨੂੰ ਵੀਰ ਬਜਰੰਗ ਬਲੀ ਦਾ ਨਾਮ ਦਿੱਤਾ ਗਿਆ ਉਹ ਸਾਡਾ ਖਾ ਵੇੜਾ ਦੇ ਨਾਲ ਜਾਣਾ ਅਸੀਂ ਇੱਕ ਵਾਰ ਜਾਣਾ ਰੱਬ ਦੇ ਨਾਲ ਹੀ ਲੈ ਕੇ ਆਵਾਂਗੇ ਤੇ ਕਿਸੇ ਦਾ ਵੀ ਜਾਗਰਣ ਹੋਵੇ ਜਦੋਂ ਲੰਗਰ ਵੀਰ ਤੇ ਜੋਤੀ ਆਉਂਦੀ ਹੈ ਖੜੇ ਹੋਣਾ ਕਿਉਂ ਮਾਤਾ ਖੜੀ ਹੋਵੇ ਅਸੀਂ ਬੈਠੇ ਨਹੀਂ ਗੱਲ ਦੀ ਬੰਦੇ ਹੈ ਨਾ ਜਿਹਦਾ ਵੀ ਤੁਸੀਂ ਪੈਰਾਂ ਨੂੰ ਭਾਰ ਪਾਈ ਜਾਈਏ ਉੱਥੇ ਜਾਓ ਸ਼ਾਬਾਸ਼ ਤੇ ਮਾਤਾ ਦਾ ਲੰਗਰ ਵੀ ਆ ਰਿਹਾ ਖੜੇ ਹੋ ਕੇ ਸਤੁਤੀ ਕਰਨੀ ਹੈ ਇਹ ਸਰੀਰ ਜਿਹੜਾ ਮਾਂ ਦੇ ਚਰਨਾਂ 'ਚ ਜੋੜਨਾ ਵੀਰ ਬਜਰੰਗ ਬਲੀ ਦਾ ਧਿਆਨ ਕਰਨਾ ਉਹ ਆ ਰਹੇ ਨੇ ਤੇਰਾ ਪਾਣ ਵਾਸਤੇ ਸਰਦਾਰ ਮੋਹਨ ਮੇਰਾ ਮੇਰੇ ਕਰ ਆਜਾ ਆਜਾ
Hey, hey, hey.